ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਅਸੀਂ ਮਰੀਜ਼ਾਂ ਨੂੰ ਮਿਲਦੇ ਹਾਂ ਸਵੇਰੇ 8 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਸੋ ਕਈ ਬਿਮਾਰੀਆਂ ਤੋਂ ਪਤਾ ਲੱਗਦਾ ਹੈ ਕਈ ਮਰੀਜ਼ਾਂ ਨੂੰ ਮਿਲ ਕੇ ਪਤਾ ਲੱਗਦਾ ਹੈ ਕਿ ਦੁਨੀਆ ਹਰਕ ਬੜੇ ਰੋਗਾਂ ਦੇ ਨਾਲ ਦੁਖੀ ਹੋ ਸੋ ਸਾਰਿਆਂ ਨਾਲੋਂ ਪਹਿਲਾਂ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਵੀ ਜਦੋਂ ਤੁਸੀਂ ਆਪ ਵੀਡੀਓ ਸੁਣਦੇ ਹੋ ਉਸ ਇਲਾਜ ਨੂੰ ਆਪ ਵੀ ਕਰਕੇ ਵੇਖੋ ਹੋਰਾਂ ਨੂੰ ਵੀ ਅੱਗੇ ਦੱਸੋ ਇਸ ਵੀਡੀਓ ਨੂੰ ਅੱਗੇ ਤੋਂ ਅੱਗੋਂ WhatsApp ਤੇ Facebook ਤੇ ਆਪਣੇ ਹਿਸਾਬ ਨਾਲ ਤੁਸੀਂ ਦੁਨੀਆ ਤੱਕ ਪਹੁੰਚਾਓ ਵੱਟ ਤੋਂ ਵੱਧ ਜਿੰਨੇ ਵੀ WhatsApp ਗਰੁੱਪ ਨੇ ਉਹਨਾਂ ਦੇ ਵਿੱਚ ਵੀ ਭੇਜੋ ਤਾਂ ਜੋ ਹਰੇਕ ਨੂੰ ਲਾਭ ਮਿਲ ਸਕੇ ਵੀਡੀਓ ਦਾ ਸੋ ਜਿਹੜੇ ਕਈ ਕਿ ਸਾਲਾਂ ਤੋਂ ਕਿਸੇ ਬਿਮਾਰੀ ਨਾਲ ਜੂਝ ਰਹੇ ਨੇ ਉਹ ਜ਼ਰੂਰ ਮੈਨੂੰ ਇੱਕ ਵਾਰੀ ਮਿਲ ਕੇ ਆਪਣਾ ਇਲਾਜ ਕਰਵਾ ਲੈਣ। ਸੋ ਦੂਸਰੇ ਨੰਬਰ ਤੇ ਜਿਹੜੇ ਹਾਲੇ ਤੱਕ ਸਾਡੇ ਚੈਨਲ ਦੇ ਹਿੱਸੇਦਾਰ ਨਹੀਂ ਬਣੇ ਉਹ ਜ਼ਰੂਰ ਸਾਡੇ ਚੈਨਲ ਦਾ ਹਿੱਸੇਦਾਰ ਬਣੋ। ਥੱਲੇ ਛੋਟਾ ਜਿਹਾ ਬਟਨ ਹੈ ਲਾਲ ਨਿਸ਼ਾਨ। ਉਹਨੂੰ ਲਾਲ ਬਟਨ ਨੂੰ ਦਬਕ ਕੇ ਨਾਲ ਘੰਟੀ ਦਾ ਬੈਲ ਦਾ ਬਟਨ ਆਏਗਾ ਉਹਨੂੰ ਦਬਕ ਕੇ ਸਾਡੇ ਨਾਲ ਜੁੜੋ ਸਾਡੇ ਚੈਨਲ ਨਾਲ ਜੁੜੋ ਤਾਂ ਜੋ ਤੁਹਾਡੇ ਤੱਕ ਸਾਡੀ ਹਰ ਇੱਕ ਵੀਡੀਓ ਪਹੁੰਚੇ। ਤੁਸੀਂ ਵੱਧ ਤੋਂ ਵੱਧ ਹਰਕ ਬਿਮਾਰੀ ਬਾਰੇ ਜਾਣਕਾਰੀ ਰੱਖ ਸਕੋ ਸੋ ਅੱਜ ਜਿਹੜੀ ਬਿਮਾਰੀ ਦੇ ਵਿਸ਼ੇ 'ਚ ਮੈਂ ਆਇਆ ਉਹ ਕਈ ਮਰੀਜ਼ਾਂ 'ਚ ਦੇਖਣ ਨੂੰ ਮਿਲੀ ਹੈ ਜਿਨ੍ਹਾਂ ਨੂੰ ਅਸੀਂ ਵਾਲ ਨੂੰ ਕੀੜਾ ਲੱਗਣਾ ਕਹਿੰਦੇ ਆ ਵਾਲਾਂ ਦੇ ਵਿੱਚ ਕੀੜਾ ਲੱਗਣਾ ਜਿਵੇਂ ਜੇ ਇੱਥੇ ਹੋ ਗਿਆ ਤਾਂ ਇਦਾਂ ਗੋਲ-ਗੋਲ ਪੂਰਾ ਚੱਕਰ ਹੋ ਜਿਗਾ ਇੱਥੋਂ ਵਾਲ ਸਭ ਨਿਕਲ ਜਾਣਗੇ ਇਦਾਂ ਲੱਗੇਗਾ ਇੱਥੇ ਵਾਲ ਹੈ ਹੀ ਨਹੀਂ ਸੀ ਗੋਲ-ਗੋਲ ਚੱਕਰੇ ਪੈ ਕੇ ਉੱਥੋਂ ਵਾਲ ਹੀ ਉੱਡ ਜਾਂਦੇ ਆ ਸੋ ਕਈਆਂ ਨੇ ਇਹਨੂੰ ਵਹਿਮਾਂ ਨਾਲ ਜੋੜ ਦਿੱਤਾ ਵੀ ਕੋਈ ਸਿਆਣਿਆਂ ਨੇ ਕਰਤਾ ਜੀ ਕਿਸੇ ਨੇ ਕੁਝ ਕਰਾ ਕੇ ਵਾਲ ਹੀ ਖਿੱਚ ਲਏ ਇਹ ਕੋਈ ਰੋਗ ਹੈ ਵਾਲਾਂ ਨੂੰ ਕੀੜਾ ਲੱਗਣ ਦਾ ਕੋਈ ਇਹਦੇ 'ਚ ਜਾਦੂ ਟੂਣਾ ਨਹੀਂ ਹੁੰਦਾ ਪਹਿਲੇ ਨੰਬਰ ਤੇ ਵਹਿਮਾਂ 'ਚੋਂ ਨਿਕਲੋ ਸੋ ਜਿਹੜਾ ਮੈਂ ਰੋਗ ਤੁਹਾਨੂੰ ਦੱਸ ਰਿਹਾ ਵਾਲਾਂ 'ਚ ਕਿਸੇ ਦੇ ਸਿਰ 'ਚ ਬਿਲਕੁਲ ਵਿਚਾਲੇ ਕਿਸੇ ਦੇ ਕਿਤੇ ਪੂਰਾ ਥਾਓ ਗੈਬ ਹੋ ਜਾਂਦਾ ਉਥੇ ਵਾਲ ਗੈਬ ਹੋ ਜਾਂਦੇ ਨੇ ਪੂਰਾ ਗੋਲ-ਗੋਲ 'ਚ ਕਰਾ ਉਹਨੂੰ ਕਹਿੰਦੇ ਨੇ ਵਾਲਾਂ ਨੂੰ ਕੀੜਾ ਲੱਗਣਾ ਇਹ ਰੋਗ ਦਾ ਇਲਾਜ ਬੜਾ ਸੌਖਾ ਹੈ ਤੁਸੀਂ ਕਰਨਾ ਸ਼ੁਰੂ ਕਰੋ 30 ਦਿਨਾਂ ਚੋਂ ਉਥੇ ਵਾਲ ਉਦਾਂ ਦੇ ਫਿਰ ਹੋ ਜਾਂਦੇ ਆ ਕਰਨਾ ਕੀ ਐਸ ਰੋਗ ਦੇ ਵਿੱਚ ਸਾਰਿਆਂ ਨਾਲੋਂ ਪਹਿਲਾਂ ਤੁਸੀਂ ਉਸ ਜਗ੍ਹਾ ਦੇ ਉੱਪਰ ਜਿੱਥੇ ਕੀੜਾ ਲੱਗਿਆ ਥੋਮ ਜਿਹਨੂੰ ਲਸਣ ਕਹਿੰਦੇ ਆ ਸੀ ਇਹਦਾ ਰਸ ਕੱਢ ਕੇ 2-3 ਚਮਚੇ ਰਸ ਕੱਢ ਕੇ ਚੰਗੀ ਤਰ੍ਹਾਂ ਘਟੋ ਘਟ ਘੰਟਾ ਅੱਧਾ ਘੰਟਾ ਉਸ ਰਸ ਦੀ ਮਾਲਿਸ਼ ਕਰੋ ਉਸ ਜਗ੍ਹਾ ਤੇ 1 ਘੰਟੇ ਬਾਅਦ ਫਿਰ ਉਹਦੇ ਤੇ ਜਿਹੜਾ ਸ਼ਹਿਦ ਹੈ ਉਹਦੀ ਮਾਲਿਸ਼ ਕਰੋ ਇਹ ਦੋ ਚੀਜ਼ਾਂ ਦੀ ਮਾਲਿਸ਼ ਕਰਨੀ ਹੈ ਸਵੇਰੇ ਸ਼ਾਮ ਅੱਧਾ-ਅੱਧਾ ਘੰਟਾ ਥੋਮ ਦਾ ਰਸ ਕੱਢ ਕੇ ਲਸਣ ਦਾ ਰਸ ਜਿਹਨੂੰ ਅਸੀਂ ਲਸਣ ਕੋਈ ਕੋਈ ਥੋਮ ਕਹਿੰਦੇ ਹੈ ਕੋਈ ਲਸਣ ਇਹਦਾ ਰਸ ਕੱਢ ਕੇ ਉਸ ਜਗ੍ਹਾ ਤੇ ਚੰਗੀ ਤਰ੍ਹਾਂ ਮਾਲਿਸ਼ ਕਰਨੀ ਹੈ ਇਸੇ ਤਰ੍ਹਾਂ ਤੁਸੀਂ ਸ਼ਹਿਦ ਹੈ ਜਿਹੜਾ ਅਸਲੀ ਲੈ ਕੇ ਉਹਦੀ ਮਾਲਿਸ਼ ਕਰਨੀ ਹੈ ਘੰਟੇ ਦਾ ਫਰਕ ਹੋਵੇ ਦੋਨਾਂ ਫਾਰਮੂਲਿਆਂ ਦੇ ਵਿੱਚ ਸੋ ਲਗਾਤਾਰ 1 ਮਹੀਨਾ ਕਰ ਲੋ 1 ਮਹੀਨੇ ਚ ਇਹ ਰੋਗ ਜੜ ਤੋਂ ਖਤਮ ਹੋ ਜਾਂਦਾ ਹੈ ਉੱਥੇ ਵਾਲ ਦੁਆਰੇ ਆ ਜਾਂਦੇ ਨੇ ਸੋ ਕੋਸ਼ਿਸ਼ ਕਰੋ ਭਾਈ ਵੱਧ ਤੋਂ ਵੱਧ ਤੰਦਰੁਸਤ ਰਹਿਣ ਦੇ ਲਈ ਸੋ ਆਓ ਰਲ ਮਿਲ ਕੇ ਆਪਾਂ ਸਾਰੇ ਆਪਣੇ ਸਮਾਜ ਨੂੰ ਆਪਣੇ ਦੇਸ਼ਾਂ ਨੂੰ ਤੰਦਰੁਸਤ ਰੱਖੀਏ ਵਿਦੇਸ਼ਾਂ ਦੇ ਵਿੱਚ ਜੜੀ ਬੂਟੀਆਂ ਇੰਨੀਆਂ ਮਿਲਦੀਆਂ ਨਹੀਂ ਤਾਂ ਉਹ ਸਾਡੇ ਨਾਲ ਸੰਪਰਕ ਕਰਕੇ ਆਪਣੇ ਇੱਥੇ ਦਵਾਈ ਮਗਾ ਸਕਦੇ ਹੋ ਉਹ ਸਾਬ ਨਾਲ ਸੋ ਬਹੁਤ ਬਹੁਤ ਧੰਨਵਾਦ ਜਿੰਨੇ ਸਾਨੂੰ ਸੁਣਦੇ ਹੋ ਜਿੰਨੇ ਸਾਡੇ ਨਾਲ ਜੁੜੇ ਹੋਏ ਹੋ ਸਾਰੇ ਵਿਦੇਸ਼ਾਂ ਵਾਲਿਆਂ ਦਾ ਧੰਨਵਾਦ ਜਿੰਨੇ ਵੀ ਸਾਡਾ ਪ੍ਰਚਾਰ ਕਰ ਰਹੇ ਨੇ ਵਿਦੇਸ਼ਾਂ ਦੇ ਵਿੱਚ ਆਪ ਜੀ ਸਾਡੇ ਨਾਲ ਜੁੜੇ ਹੋਏ ਹੋ ਇੱਥੋਂ ਦਵਾਈਆਂ ਵੀ ਸਾਡੇ ਤੋਂ ਮਗਾ ਮਗਾ ਕੇ ਅੱਗੇ ਮਰੀਜ਼ਾਂ ਨੂੰ ਦੇ ਰਹੇ ਹੋ ਤੁਹਾਡਾ ਸਭ ਦਾ ਧੰਨਵਾਦ ਜਿੰਨੇ ਵੀ ਪ੍ਰਚਾਰ ਦੇ ਵਿੱਚ ਲੱਗੇ ਹੋਏ ਆ ਇਸੇ ਤਰ੍ਹਾਂ ਇੰਡੀਆ ਦੇ ਵਿੱਚ ਵੀ ਕਲੱਬ ਕਮੇਟੀਆਂ ਸਾਡੇ ਨਾਲ ਜੁੜੀਆਂ ਹੋਈਆਂ ਨੇ ਸੋ ਉਹਨਾਂ ਦਾ ਵੀ ਧੰਨਵਾਦ ਬਾਕੀ ਸਭ ਸਰੰਗ ਸਰਬਤ ਸੰਗਤ ਸੰਗਤ ਦਾ ਧੰਨਵਾਦ ਜਿੰਨੇ ਵੀ ਸਾਨੂੰ ਸੁਣਦੇ ਹੋ ਸਾਡੇ ਨਾਲ ਜੁੜੇ ਹੋਏ ਸੋ ਮੈਂ ਪਿੰਡ ਡਸਕੇ ਦੇ ਵਿੱਚ ਹਰ ਐਤਵਾਰ ਨੂੰ ਮਿਲਦਾ ਆਪ ਜੀ ਮੈਨੂੰ ਮਿਲ ਸਕਦੇ ਹੋ ਆਪਣੀ ਬਿਮਾਰੀ ਦਾ ਇਲਾਜ ਕਰਵਾ ਸਕਦੇ ਹੋ ਹਰ ਸੰਡੇ ਹਰ ਐਤਵਾਰ ਮਿਲਦੇ ਹਾਂ ਅਸੀਂ ਇਹ ਡਸਕਾ ਪਿੰਡ ਹੈ ਜਿਹੜਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਸੋ ਆਪ ਜੀ ਜਦੋਂ ਮਰਜ਼ੀ ਐਤਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਮੈਨੂੰ ਮਿਲ ਸਕਦੇ ਹੋ ਸੋ ਸਰਬੱਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ